ਜਨਾਬ ਗੱਲ ਸੁਣੋ, ਆਪਣੇ ਜਵਾਈਆਂ ਵਾਸਤੇ ਕੋਈ ਕੰਮ ਸ਼ਾਮ ਲੱਭੋ ਵਿਚਾਰੀਆਂ। ਬੀਬੀ ਜੀ ਹੁਣੀ ਕਿੰਨੀ ਕੁ ਦੇਰ ਮੁਲਾਜ਼ਮਤ ਕਰਕੇ ਇਹਨਾਂ ਨੂੰ ਕਮਾ ਕੇ ਖਵਾਣਗੀਆਂ? ਮੈਂ ਤਾਂ ਹੈਰਾਨ ਆ ਕੁੜੀਆਂ ਦੀ ਸਿਲੈਕਸ਼ਨ। ਹਾਏ ਹਾਏ ਹਾਏ, ਉੱਤੋਂ ਨਾ ਜਿਹੜੇ ਚੰਗੇ ਤੇ ਕਰਤੂਤਾਂ ਵੇਖ ਲਓ, ਕਰਤੂਤਾਂ ਵੇਖ ਲਓ ਉਹਨਾਂ ਦੀਆਂ। ਓ ਸਦੀਕ, ਓ ਇਮਤਿਆਜ਼ੀ, ਕੀ ਗੱਲ ਹੈ, ਕਾਹਦਾ ਰੌਲਾ ਪਾਇਆ ਹੋਇਆ ਜੀ? ਹੈਲੋ, ਕੀ ਗੱਲ ਕੀ ਹੈ, ਇਹ ਕੌਣ ਹੈ? 2 ਸਾਲ ਬਾਅਦ ਇਨਸ਼ਾਅੱਲਾ ਤੂੰ ਇੱਥੇ ਹੋਣਾ, ਅਸੀਂ ਉੱਥੇ ਹੋਣਾ। ਤੇਰੀ ਹੈ ਨਾ ਜਿਹੜੀ ਫੁੱਟਵਰਕ ਨਹੀਂ ਹੈਗੀ, ਬਾਕੀ ਲੈਂਗੁਏਜ ਤੇਰੀ ਠੀਕ ਹੈ। ਕਾਹਦਾ ਮਸਲਾ, ਕਾਹਦਾ ਰੋਲਾ ਪਾਇਆ ਹੋਇਆ? ਇੱਧਰ ਆ, ਖੋਤਾ ਰੇੜੀ ਦੀ ਛਾਂ ਥੱਲੇ ਦੌੜਨ ਵਾਲੇ ਕੁੱਤੇ, ਤੈਨੂੰ ਸੈਂਸ ਹੀ ਕੋਈ ਨਹੀਂ। ਤੈਨੂੰ ਸੈਂਸ ਕੋਈ ਨਹੀਂ ਹੈਗੀ, ਉਹ ਤੇਰੀਆਂ ਧੀਆਂ ਨਾਲ ਵਿਆਹ ਕੀਤਾ, ਵਿਆਹ ਕਿਹੜਾ ਸਾਨ ਕੀਤਾ ਤੂੰ ਮੇਰੇ ਤੇ? ਮੈਂ ਤਾਂ ਕੁੜੀਆਂ ਤੋਂ ਹੈਰਾਨ ਹਾਂ। ਕੀ ਹੋਇਆ? ਆ ਵੇਖੋ, ਮਾਸ਼ਾਅੱਲਾ, ਆ ਸਰਦੀਆਂ ਚੱਲਣੀਆਂ ਜੀ, ਗੱਡੀਆਂ ਵਿੱਚ ਜਿਹੜੇ ਰਿਮੂਵਲੀ ਵਾਲੇ ਫਿਰਦੇ ਨੇ ਜੀ, ਇਹੋ ਜਿਹੀ ਤਾਲ ਵਿੱਚ ਉਹਨਾਂ ਨੇ ਪੈਕਟ ਤੁੰਨੇ ਹੁੰਦੇ ਜੀ। ਉਹ ਸੱਸ ਦੀ ਪਿੱਤ ਮਾਰਨ ਵਾਲੇ ਆ। ਕੋਈ ਨਹੀਂ, ਘਰੇਲੂ ਮਸਲਾ ਹੈ। ਏਡਾ ਕਮਜ਼ੋਰ ਹੈ ਨਾ ਤੁਹਾਡਾ ਜਵਾਈ, ਕਸਮੇ ਨੇ ਰਾਤੀ ਕਸਮ ਚੁੱਕੀ ਹੈ। ਹਾਂਜੀ, ਇਹਨੂੰ ਖੱਲੀਆਂ ਪੈ ਗਈਆਂ। ਤੂੰ ਚਾਹੁੰਦਾ ਮੈਂ ਇਸ ਘਰ ਚ ਜਵਾਈ ਬਰਾਬਰ ਲੱਗਾ? ਜੀ ਜੀ, ਆ ਬੇਟਾ ਵੀ ਭੈਣ ਦੇ ਨਹੀਂ ਛੱਡਦੇ। ਜਵਾਈ ਵੇਖੀ ਤੇ ਸੋਹਣੇ ਸੋਹਣੇ ਸੁਨੱਖੇ, ਮੂੰਹ ਯੂ ਟਰਨ ਲਗਾਈ ਦੇ। ਤੁਹਾਡੇ ਕਦੋਂ ਈਦ ਕਾਰਡ ਵਿਕਣ ਡਏ ਨੇ? ਮਾਸ਼ਾਅੱਲਾ, ਅਸੀਂ ਕੰਮ ਕਾਰ ਕੋਈ ਨਹੀਂ ਕਰਨਾ, ਤੈਨੂੰ ਦੱਸ ਦਿੱਤਾ। ਓਏ ਗੱਲ ਸੁਣ, ਨੂਰ ਸ਼ਾਹ ਦੇ ਹੁਦ ਹੁਦ ਤੁਸੀਂ ਸਮਾਰਟ ਹੋ ਸਕਦੇ ਹੋ। ਸਵੇਰੇ ਸਵੇਰੇ ਗੁਜਰਾਂ ਦੀਆਂ ਮੱਝਾਂ ਨਿਕਲਦੀਆਂ, ਨਾਲ ਨਿਕਲ ਜਾਇਆ ਕਰੋ। ਤੈਨੂੰ ਤਮੀਜ਼ ਨਹੀਂ ਹੈਗੀ ਉਹਨੂੰ ਕਹਿੰਦੇ ਆ ਸਵੇਰੇ, ਉਹ ਖਾਣ ਪੀਣ ਦਾ ਬੜਾ ਸੁਦਾਈ ਆ। ਅੱਛਾ ਜੀ, ਕੱਲ ਖਲੋਤੇ ਬੱਕਰੇ ਦੇ ਕਪੂਰੇ ਖਾ ਗਏ ਯਾਰ। ਆਪਣੀ ਆਪਣੀ ਲੱਜ਼ਤ ਦੀ ਗੱਲ ਹੈ, ਕਾਹਦੀ ਟੈਨਸ਼ਨ? ਮੇਰੀ ਗੱਲ ਸੁਣੋ, ਘੁੰਮ ਕੇ ਸਿਆਣੇ ਬੰਦੇ ਕੋਲ ਚਪੇੜ ਖਾਣ ਵਾਲੇ ਆ। ਮਾਸ਼ਾਅੱਲਾ, 5ਵੀਂ 10ਵੀਂ ਨਾਲ ਜਮੈਟਰੀ ਬਾਕਸ ਖੋਲੀਏ ਨਾ, ਸਭ ਤੋਂ ਉੱਤੇ ਇਹੋ ਜਿਹੀ ਪ੍ਰਕਾਰ ਪਈ ਹੁੰਦੀ ਐਂ ਕਰਕੇ। ਬਾਅਦ ਤੈਨੂੰ ਦੱਸ ਦਿੱਤਾ ਅਸੀਂ ਕੰਮ ਕੋਈ ਨਹੀਂ ਕਰਦੇ। ਜਾ ਚਵਲੇ ਜੀ, ਤੂੰ ਵੱਖਰੀ ਵੇਚੋ। ਇਹਦਾ 10,000 ਮੈਨੂੰ ਲਹਿਦਾ ਦਿਆ ਕਰੋ, ਜਿਹੜਾ ਤੁਸੀਂ ਲਾਨਤ ਪਾਉਂਦੇ। ਲਾਨਤ ਕਿਲੋ ਭਾਈ, ਅਤੇ ਕੀ ਕਰਨ ਡੇ ਹੋ? ਇੱਜ਼ਤ ਬਹਿਰੀ, ਮੈਂ ਐਂ ਕਿਤੇ ਵੀ ਭਰਾ ਗੱਲ ਵੱਡਿਆਂ ਦੀ ਹੋਣ ਡਈ। ਇਹ ਮੈਨੂੰ ਤਾਂ ਲੱਗਦਾ ਬਗੈਰਤੀ ਦੀ ਰਹਿਸ਼ ਵੇਖੋ ਤਾਂ ਸਹੀ, ਵੇਖ ਲਓ ਠੀਕ ਹੈ। ਉਹ ਬਸ ਕਰਦੇ ਹੋ, ਖੁਦਾ ਦਾ ਵਾਸਤਾ ਕੋਈ ਬਾਤ ਕਰਿਆ ਕਰੋ। ਢਿੱਡ ਦਾ ਹਾਲ ਵੇਖੋ ਕੀ ਹੋ ਗਿਆ। ਢਿੱਡ ਮੇਰਾ ਇੱਕ ਤੇਰਾ ਹੈ, ਇਹ ਲੋਕਾਂ ਦੇ ਗਮ ਪਾ ਕੇ ਤੁਰਿਆ ਫਿਰਦਾ। ਅਹਿਸਾਸ ਦੀ ਦੁਨੀਆ ਸੀ, ਪਰ ਦੂਜਾ ਕਿੱਥੇ ਆ? ਦੂਜੇ ਨੂੰ ਛੱਡ ਦੇ, ਮੇਰੀ ਰੋਟੀ ਵੀ ਤੂੰ ਖਾਣ ਦਿਆਂ। ਤੇਰੀ ਮੈਂ ਕਿਹਦੇ ਖਾਣੀ? ਬਾਤ ਤੈਨੂੰ ਦੱਸ ਦਿੱਤਾ ਮੈਂ ਕੰਮ ਕਾਰ ਕੋਈ ਨਹੀਂ ਕਰਨਾ, ਤੇਰੀ ਧੀ ਚੁੱਪ ਕਰਕੇ ਕਰਦੀ ਹੈ ਨਾ ਕੰਮ ਉਹਨੂੰ ਕਰਨ ਦੇ। ਓਏ ਗਵਾਚੇ ਮਦਾਰੀ ਵਾਲੇ ਦੇ ਗਵਾਚੇ ਨੇ ਓਲੇ, ਮਮਤਾ ਜੀ ਨੂੰ ਬੁਲਾ। ਓ ਲੰਗਰ ਕਿੱਥੇ ਵੇ ਯਾਰ, ਸੋਹਰਿਆ ਯਾਰ, ਕਮਾਲ ਪਿਆ ਕਰਨਾ ਯਾਰ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਲੰਗਰ ਕਿੱਥੇ ਯਾਰ? ਲੰਗਰ ਕਿਹੜਾ? ਓ ਯਾਰ, ਤੂੰ ਧੀ ਦੇ ਦਿੱਤੀ, ਰੋਟੀ ਤੇਰੀ ਮਾਂ ਨੇ ਦੇਣੀ ਹੈ ਸਾਨੂੰ। ਕਿਹਦਾ ਮੈਨੂੰ ਧੀ ਦੇ ਦਿੱਤੀ? ਹਾਂ, ਮੈਨੂੰ ਤੀਆਂ ਤੇ ਗੁੱਸਾ ਹੀ ਬਹੁਤ ਆ, ਪਸੰਦ ਕੀ ਕੀਤਾ? ਜੋ ਉਹਨਾਂ ਨੇ ਪਸੰਦ ਕੀਤਾ ਮੈਂ ਤੈਨੂੰ ਵਿਖਾਇਆ, ਤੇਰਾ ਦਿਲ ਲੱਗ ਜਾਣਾ। ਨਹੀਂ ਗੱਲ ਕਰਨੀ ਯਾਰ, ਮੇਰੇ ਚ ਕੌਨਫੀਡੈਂਸ ਆ। ਥਾਣੇ ਜਾ ਕੇ ਯਾਰ ਉਹਦੇ ਮੂੰਹ ਤੇ ਕਹਿ ਦਿੱਤਾ ਪੁਲਿਸ ਵਾਲੇ ਦੇ, ਕੀ ਐਲਾ ਓਵਰ ਦੀ ਮੈਂ ਧੋਣੀ ਹੈ। ਹਾਂ,
ਓਏ ਆ ਗੱਲ ਸੁਣ ਓਏ, ਬੁੱਸਿਆ ਸਾਲਣ ਨੂੰ ਵੈਲੀ ਟੇਸਟੀ ਕਹਿਣ ਵਾਲਿਆ ਆ ਮੇਰਾ ਜਵਾ, ਮੇਰਾ ਜਵਾਈ ਆ ਤੇ ਜਵਾਈ ਕੀ ਤੋਂ ਇੱਥੇ ਉਹ ਲੰਗਰ ਦਾ ਕੁਝ ਕਰ, ਦੇਖ ਕੇ ਖਾਲੀ ਦਿਮਾਗ ਪਾਉਣ ਵਾਲਾ ਹੱਥ ਨਹੀਂ ਲਾਈ ਕਿਉਂ ਜੀ, ਬੰਦਾ ਦੇਗ ਨੂੰ ਦਮ ਦੇਣ ਲੱਗਦਾ ਨਾ ਤੇ ਉੱਤੇ ਐ ਕੋਲੇ ਪਾਉਂਦਾ, ਉਹ ਬੇਝਾਈ ਆ ਜਿਹੜਾ ਯਾਰ, ਮੈਂ ਕੂੜਾ ਚਾਵਣ ਵਾਲਾ ਆਪਣਾ ਹੋਵਾਂ ਮਗਰਾਰ, ਤੂੰ ਮੈਨੂੰ ਲੰਗਰ ਦੇ ਯਾਰ, ਰੋਟੀ ਕਿੱਦਾਂ ਦਿੱਤੀ ਹੈ ਰੋਟੀ ਦੇ ਧੀ ਨਹੀਂ ਦਿੱਤੀ ਯਾਰ, ਧੀ ਦਿੱਤੀ ਹੈ ਨਾ, ਧੀ ਦਿੱਤੀ ਹੈ ਤੇ ਰੋਟੀ ਕਿੰਨਾ ਦੇਣੀ, ਤੇਰੇ ਪਿਓ ਨੇ ਦੇਣੀ ਹੈ, ਦੱਸ ਮੈਨੂੰ ਉਹ ਸੋਹਰਾ ਆਪਣਾ ਸੋਹਰਾ ਕੀ ਹੋ ਗਈ ਲੈ, ਸੋਹਰਾ ਯਾਰ ਧੀ ਦਿੱਤੀ ਹੈ ਯਾਰ, ਹਾਂ ਤੇ ਉਹਨੇ ਸਾਨੂੰ ਇਹਦੇ ਆਏ ਲੋਕਾਂ ਨੇ ਗਈਆਂ ਸਿਰ ਚ ਖੇ ਪਾਉਂਦੀਆਂ ਬੰਦਾ ਪਾਉਣ ਲਈ, ਭਾਵੇਂ ਮੰਗ ਕੇ ਲਿਆ ਰੋਟੀ ਦੇ, ਮੈਂ ਤੈਨੂੰ ਦੱਸਾਂ ਰਿੱਛਾ ਜਿਹਾ, ਓਏ ਉਹ ਖੋਤਾ ਜਿਹੜੀ ਤੇ ਧੁਰੇ ਨੂੰ ਲੱਗੀ ਹੋਈ ਥੋੜੀ ਜਿਹੀ ਗਰੀਸ, ਉਹ ਕੰਮ ਕਾਰ ਕਰੋ ਕੋਈ, ਆਪ ਰੋਟੀ ਕਮਾਓ ਤੁਸੀਂ, ਸ਼ਰਮ ਕਰੋ ਬੁੱਢੀਆਂ ਦੇ ਸਿਰ ਦੇ ਉੱਤੇ ਇੱਥੇ ਰੋਟੀ ਖਾਣ ਡਏ, ਉਹ ਸਾਡੀ ਬੇਗਮ ਇੱਜ਼ਤ ਦੇ ਨਾਲ ਕਮਾਉਂਦੀ ਆ, ਅਸੀਂ ਗੈਰਤ ਨਾਲ ਘਰ ਬਹਿ ਕੇ ਖਾਣਦੇ, ਵਾਹ ਵਾਹ ਸਦਕੇ ਤੇਰੀ ਡਿਲੀਵਰੀ ਤੋਂ, ਹਾਂ ਕਿਹੜੀ ਡਿਲੀਵਰੀ, ਬੇਗਮ ਇੱਜ਼ਤ ਨਾਲ ਕਮਾਉਂਦੀ ਤੂੰ ਗੈਰਤ ਨਾਲ ਖਾਣਾ, ਓਏ ਮੇਰੀ ਗੱਲ ਸੁਣਾ, ਗੈਰਤ ਦੀ ਅੱਧੀ ਕੁ ਗਰੇਬੀ ਮੇਰੀ ਕੁੜੀ, ਤੁਸੀਂ ਕਿਉਂ ਨਹੀਂ ਕੰਮ ਕਰਦੇ, ਅਸੀਂ ਨਹੀਂ ਕਰਦੇ ਬਸ, ਛਾਲ ਮਾਰੀ ਉਹਦਾ ਤਾਲੂ ਜ਼ਮੀਨ ਚ ਵੱਜਾ, ਉਹ ਚ ਆਟਾ ਤੇ ਪਵਾਓ ਮੇਰੀ ਰੋਟੀ ਬਣਾਵਾਂਗਾ, ਆਟਾ ਕਿਉਂ ਨੀ ਪਵਾਉਂਦਾ, ਤੂੰ ਧੀ ਦੇ ਦਿੱਤੀ ਆਟਾ, ਤੇਰੇ ਪਿਓ ਨੇ ਪਵਾਉਣਾ, ਤੈਨੂੰ ਲੈ ਜਾ ਪਰ ਖੱਚਰ ਦੇ ਮੂੰਹ ਵਾਲੇ ਨੂੰ, ਮੇਰਾ ਮੂੰਹ ਹੀ ਉਹ ਜਿਹਾ ਮਸਨੂ ਹੀ ਜੀ, ਕਿਹੋ ਜਿਹਾ ਮੂੰਹ ਹੈ, ਓਏ ਜ਼ਲਈ ਨਹੂਸਤ ਤਮੀਜ਼ ਨਾ, ਕੁੜੀ ਨੇ ਲਵ ਮੈਰਿਜ ਕੀਤੀ ਇਹਦੇ ਨਾਲ, ਅਸੀਂ ਲੱਭਦੀ ਫਿਰਦੀ ਹੁਣ ਮੈਰਿਜ ਬਦਲ ਕਿੱਥੇ ਗਈ, ਓਏ ਮੈਰਿਜ ਛੱਡ ਦੇ ਯਾਰ, ਮੈਨੂੰ ਆ ਗਈ ਆ ਤੇਰੀਆਂ ਬੇਟੀਆਂ ਤੇ ਇਹਨਾਂ ਨੂੰ ਪੁੱਛ ਲਾ ਹੁਣ ਕੀ ਕਰਨਾ, ਇਹਨੂੰ ਪੁੱਛਦਾ ਬਾਹਰ ਜਾ, ਹਾਂ ਬੜੀ ਬੜੀ ਦੁਨੀਆ ਵੇਖੀ ਲੇਕਿਨ ਤੂੰ ਲਾਸਟ ਫਾਈਨਲ, ਇਹਦਾ ਗੁੱਸਾ ਨਹੀਂ ਕਰਨਾ, ਕਿਉਂ ਇਹਦੇ ਅੱਬੇ ਨੇ ਇਹਨੂੰ 200 ਦਿੱਤਾ ਕੰਜਰਾਂ ਦਾ ਸਿਰ ਖਾ, ਤੇਰੀ ਮਾਂ ਨਾਲ ਮੈਨੂੰ ਕੰਮ ਆ, ਤੁਸੀਂ ਕਿੱਥੇ ਬੈਠੇ ਕਰੀ ਜਾ ਰਹੇ ਆਈ 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 ਆਈ, ਉਹ ਤੂੰ ਹੋਏਗਾ ਭਾਈ, ਮੈਂ ਤੇ ਮੁਸਾਫਰ, ਹਲੋ ਬੜਾ ਮੇਰੀਆਂ ਕੁੜੀਆਂ ਆ ਜਾਣ, ਹਾਂ ਇੱਥੇ ਦੁੱਧ ਦੁੱਧ ਪਾਣੀ, ਵੈਲਕਮ ਹੀਨਾ ਖਾਨ, ਵੈਲਕਮ ਵੈਲਕਮ ਹੀਨਾ ਖਾਨ, ਵੈਲਕਮ, ਵਾਲੇਕੁਮ ਅਸਲਾਮ, ਇਹ ਕਦੋਂ ਦੇ ਮੇਰੇ ਸੋਹਰਾ ਜੀ ਤੇਰਾ ਇੰਤਜ਼ਾਰ ਪੇ ਕਰਦੇ ਨੇ, ਕਿਹੜੀ ਤਾਰ ਤੋਂ ਉੱਡ ਕੇ ਆਈ ਹੈ, ਦੱਸ ਮੈਨੂੰ ਬਦਨਾਮ ਨਾ ਕਰੀ, ਕੀ ਉਹ ਗਾਣਾ ਜਿਹਾ ਲਾਇਆ ਤੂੰ, ਮੇਰੀ ਕੋਈ ਇੱਜ਼ਤ ਦਾ ਖਿਆਲ ਕਰੋ, ਤੂੰ ਵੱਖਰੀ ਰੋਬਨ ਨੀਲ ਵਾਲਿਆਂ ਦੀ ਬੁਲਬੁਲ ਬਣੀ ਬੈਠੀ, ਨਹੀਂ ਖੱਚਰ ਜੇ ਨੂੰ ਕੰਮ ਦਾ ਕਿਉਂ ਨੀ ਕਹਿੰਦੀ ਤੂੰ, ਕਿਆ ਕਹਿ ਸਕਦੀ ਉਰਦੂ ਤਾਂ ਸਕਦੀ, ਮਾਨਾ ਇਦਾਂ ਨੇ ਚੌਧਰੀ ਦੀ ਇੱਕ ਬੱਕਰੀ ਹੁੰਦੀ ਤੇ ਮੁਲਾਜ਼ਮਾਂ ਤੇ ਰੋਹ ਪਾਉਂਦੇ, ਉਹ ਡੰਗਰ ਅੰਦਰ ਕਰ ਲਓ ਸਾਲੇ, ਉੱਥੇ ਬੱਚੀ ਤੇ ਹੋਈ, ਅਜੇ ਰਾਜਾ ਉਹ ਪੂਛ ਮੂੰਹ ਚ ਪਾ ਕੇ ਘੁੰਮਣ ਵਾਲੀ ਰੂਸੀ ਕੁੱਤੀ, ਉਹ ਜਿਹੜੀ ਆ ਕਰਕੇ ਘੁੰਮਦੀ ਆ, ਹਾਂਜੀ ਪਿੱਛੇ ਨੂੰ ਪੁੱਛ ਲੂ ਗੇੜੇ ਤੇ ਗੇੜਾ, ਹਾਂ ਅੱਗੇ ਦੂਰ ਬੈਠਾ ਹੋ ਜਾ ਕੁੱਤਾ ਦਾ, ਹਾਂ ਜ਼ਖਮੀ ਬਾਂਦਰ, ਲੰਗਰ ਕਰਾ ਦੇ ਰੂਸੀ ਰਿਛਾ ਤੇਰੀ ਮਿਹਰਬਾਨੀ, ਬੇਟਾ ਮੇਰੀ ਗੱਲ ਸੁਣ, ਹਾਂਜੀ ਮੈਨੂੰ ਤੇਰੇ ਤੇ ਗਿਲਾ ਹੈ, ਤੈਨੂੰ ਮਾਂ ਵੀ ਬਣ ਕੇ ਮੈਂ ਪਾਲਿਆ ਤੇ ਪਿਓ ਵੀ ਬਣ ਕੇ, ਤੇਰੀ ਸਿਲੈਕਸ਼ਨ ਤੋਂ ਸਦਕੇ ਕੀ ਹੋਇਆ, ਇਹ ਪਸੰਦ ਕੀਤਾ ਜੀ, ਉਹ ਚਾਚਾ ਜੀ ਜ਼ੈਕੇ ਅੱਗੇ ਕਿਸੇ ਦਾ ਜ਼ੋਰ ਨਹੀਂ, ਉਹ ਬਰਾਂਡੇ 'ਚ ਫੇਰਨ ਵਾਲੀ ਤਪੜੀ, ਆ ਜ਼ੈਕਾ ਇਹਨੇ ਤਾਂ ਸੋਹਣਾ ਕੋਈ ਹੈ, ਹਾਂ ਮਾਸ਼ਾਅੱਲਾ ਤੈਨੂੰ ਉਲਟੀਆਂ ਆਉਂਦੀਆਂ ਨਾ, ਆ ਸੋਹਣਾ ਬੜਾ ਸੋਹਣਾ ਜੀ, ਕੌਣ ਕੀ 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 ਫਰਕ ਕੀ ਆ ਉਹ 'ਚ, ਮਾਸ਼ਾਅੱਲਾ ਤੇਰੀ ਸਿਲੈਕਸ਼ਨ ਤੋਂ ਸਦਕੇ ਕੀ ਹੋਇਆ ਕੀ ਇਹ, ਆ ਵੇਖ ਤੂੰ ਬਦਾਮ ਵਰਗੀ ਆ, ਪੱਕੇ ਕਰੋੜ ਖੇਡਣ ਵਾਲੇ ਅਰਗੇ,
ਤੂੰ ਕਦੀ ਜਰਮਨ ਦਾ ਫਰੂਟ ਖਾਧਾ ਹੋਵੇ ਤੈਨੂੰ ਪਤਾ ਹੋਵੇ, ਤੂੰ ਖਾਧਾ ਹੋਵੇ ਬੇਟਾ ਕੋਈ ਅੱਛੀ ਸਿਲੈਕਸ਼ਨ, ਆਪਣੀ ਏਜ ਵੇਖ, ਆਪਣੇ ਕੌਨਫੀਡੈਂਸ ਵੇਖ, ਮੈਂ ਕਿਹੜੀ ਮਿਸਟੇਕ ਕੀਤੀ, ਤੂੰ ਕਰਤੂਤ ਆ ਘੋਲੀ ਆ, ਉਹ ਗੰਦੀ ਤਾਸ਼ ਦਿਆ ਘੋਲਿਆ ਮੇਰੀ ਦੀ ਨੂੰ ਕਿਹਾ ਕੀ? ਮੈਂ ਕੁਝ ਨਹੀਂ ਕਿਹਾ ਜੀ, ਉਹ ਤੁਹਾਨੂੰ ਪਤਾ ਹੈ ਕਿ ਸੋਹਣਾ ਬੰਦਾ ਨਹੀਂ ਹੁੰਦਾ, ਸੀਰਤ ਸੋਹਣੀ ਹੁੰਦੀ, ਉਹ ਉਹਨੂੰ ਪਸੰਦ ਆਈ, ਬੜੀ ਤੇਰੀ ਸੀਰਤ ਹਾਂ ਹਜੇ ਮਾਸ਼ਾਅੱਲਾ ਨਜ਼ਰ ਆਉਣ ਡਈ, ਹਜੇ ਤੇ ਆਈ ਨਹੀਂ, ਨਹੀਂ ਤੂੰ ਰਜ਼ਵਾਨ ਵਾਲੀ ਸੀਰਤ, ਇਹ ਪੜਿਆ ਲਿਖਿਆ ਬੰਦਾ ਪਹਿਲੇ ਡਾਕਟਰ ਸੀਗਾ, ਫਿਰ ਇਹ ਕਬਰਸਤਾਨ ਦੇ ਕੋਲੋਂ ਦੀ ਲੰਘਿਆ ਤੇ ਮੂੰਹ ਤੇ ਰੁਮਾਲ ਰੱਖਿਆ, ਮੈਂ ਕਿਹਾ ਤੈਨੂੰ ਕਬਰਸਤਾਨੋਂ ਬੋ ਆਉਂਦੀ ਮੁਰਦਿਆਂ 'ਚ ਬੋ ਆਉਂਦੀ? ਕਹਿੰਦਾ ਨਹੀਂ ਮੈਨੂੰ ਸ਼ਰਮ ਆਉਂਦੀ ਹੈ, ਸਾਰੇ ਮੇਰੀ ਦਵਾਈ ਨਾਲ ਮਰੇ। ਉਹ ਬਰਫ਼ ਦੀ ਅੱਧੀ ਪੱਟੀ ਚੱਕਣ ਵਾਲੀ ਕੈਂਚੀ, ਤੇਰੀ ਮਿਹਰਬਾਨੀ ਉੱਥੇ ਜਾ, ਇੱਕ ਤਾਂ ਮਾਸ਼ਾਅੱਲਾ ਮਾਸ਼ਾਅੱਲਾ, ਸਰਦੀਆਂ ਗਰਮੀਆਂ ਚੰਗੇ ਨਹੀਂ ਲੱਗਣ ਵਾਲੇ ਲੋਕ, ਲੋਕਾਂ ਦਾ ਜਿੱਦਾਂ ਮਾਨਾ ਮੋੜਿਆ ਤੇ ਜਾਣਾ ਤੇਰੇ, ਮਾਸ਼ਾਅੱਲਾ ਚਾਣ ਕੁੱਪੀ ਨਾਲ ਚੱਕਣਾ ਕਲ ਮਾਸ਼ਾਅੱਲਾ। ਹਾਂਜੀ ਆ ਬਸ ਸ਼ੁਰੂ ਹੋਈ ਜਾਣਾ ਹੌਲੀ ਹੌਲੀ, ਬਸ ਸ਼ੁਰੂ ਹੋਣ ਲੱਗਾ ਬਾਈ ਜੀ, ਆ ਜਨਾਜ਼ਾ ਲੰਘ ਲਵੇ ਜ਼ਰਾ, ਯਾਦ ਰੱਖੋ ਲੱਗੇ ਯਾਰ ਇੰਜ ਨੇ ਮਜ਼ਾ ਆ ਰਿਹਾ, ਐਂ ਕਰਕੇ ਨਾ ਅਗਲੇ ਡਰਾਮਾ ਵੇਖ, ਲੰਗਰ ਕਰਾ ਉਹ ਤਾਂ ਵੇਖਣ ਆਏ ਨੇ ਲੰਗਰ, ਉਹ ਬਾਂਦਰ ਕਿਲੇ ਦਾ ਆਖਰੀ ਲਿੱਤਰ ਧੂਈ 'ਚ ਖਾਣ ਵਾਲਿਆ, ਧੂਈ 'ਚ ਬੇਟਾ ਤੇਰਾ ਇਹ ਸੋਹਰਾ ਮੇਰਾ ਤੁਰਦਾ ਹੀ ਫਿਰਦਾ ਰਹਿੰਦਾ, ਖਰੇ ਕੱਪੜੇ ਗਿੱਲੇ ਪਾ ਆਇਆ ਤੂੰ, ਮਾਸ਼ਾਅੱਲਾ ਤੇਰਾ ਮੂੰਹ ਠੀਕ ਹੈ, ਓਕੇ ਤੂੰ ਨਾ ਹਟੀ, ਮੁਲਕ ਚੱਲਦਾ ਪਿਆ ਤੂੰ ਲੱਗਾ ਰਹਿ ਬੇਟਾ, ਤੁਰੀ ਜਰਾ ਤੁਰੋ ਜੀ, ਹਾਏ ਹਾਏ ਉਹ ਜਿਹੜਾ ਵਾਹ ਵਾਹ ਕਰਨ ਡਿਆ ਇਹਨਾਂ ਨਾਲੋਂ ਚੰਗਾ ਹੀ, ਇਹ ਤਾਂ ਭੁੱਖੇ ਸ਼ੋਹਦੇ ਲੋਕ ਨੇ, ਲਓ ਜੀ ਮੈਂ ਸਮਝਿਆ ਸੋਹਰਾ ਇਹ ਤਾਂ ਵਿੱਚੋਂ ਮੁੱਦਾ ਨਿਕਲਿਆ ਬੇਟੇ, ਸਿਲੈਕਸ਼ਨ ਹੁੰਦੀ ਉਹ ਕਰ ਲਈ ਬੇਟਾ, ਆਉਣ ਤੁਰਿਓ, ਵੈਰੀ ਗੁੱਡ, ਇੱਕ ਵਾਰੀ ਆਉਣ ਤੁਰੀ ਫਿਰ ਤੁਰੀ ਦਰਾਓ ਰਿਵਰਸ ਕਰ ਲਈ, ਆਇਆ ਤੇਰੀ ਪੂੰ ਪੂੰ ਕੀ ਉਹ ਕਿਤੇ ਮਾਰ ਦਿੱਤਾ ਮੇਰੀ ਕੁੜੀ ਦਾ ਪਰਫਿਊਮ ਬਚਾਈ ਇਹਨਾਂ ਨੇ, ਤੂੰ ਪੂੰ ਪੜਕ ਕਰ ਦਿੱਤੀ, ਚਲੋ ਜੀ ਫਿਰ ਤੁਰੋ ਜ਼ਰਾ ਤੁਰੋ ਜੀ ਬੇਟਾ, ਪਲੀਜ਼ ਤੁਰਿੰਗ, ਇਹਨੇ ਜੀ ਕੰਜਰ ਨੇ ਭੁੱਖ ਲਵਾ ਦੇਣੀ, ਆ ਜਾਓ ਬੇਟੀ ਐਂ ਤੁਰਿਓ, ਇਹਨੇ ਵੀ ਕਿਹਾ ਇਹਨੂੰ ਨਾ ਤੂੰ ਲਾਹੌਰ ਭੇਜ ਦੇ ਡੋਰ ਲਾਉਣ ਤੇ, ਉੱਧਰ ਹੋ ਜਾਓ ਫਿਰ ਤੁਰੋ ਜੀ, ਚੋਰੀ ਪਾਣੀ ਲਾਉਣ ਵਾਲੀ ਕਹੀ ਦੇ ਦਸਤੇ, ਗੱਲ ਕਹੀ ਹੈ ਅੱਲਾ ਤੋਂ ਤੰਗ ਪਿਓ ਨੀ ਨਿਕਲ ਜੂ,